ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਅਰੀ ਫਾਰਮ ਬਠਿੰਡਾ ਦੇ ਵਿੱਚ। ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਾਉਣੀ ਆ, ਆਪਣਾ ਮੋਬਾਈਲ ਨੰਬਰ ਹੈਗਾ 9871823। ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ, ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ, ਕਿਉਂਕਿ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਅਤੇ ਅੱਜ ਦੀ ਵੀਡੀਓ ਵੀਰੇ ਪਿੰਡ ਸਹਿਣਾ, ਤਹਿਸੀਲ ਤਾਪਾ ਅਤੇ ਜ਼ਿਲ੍ਹਾ ਬਰਨਾਲਾ, ਬਾਈ ਜੀ ਨਾਲ ਕਰਾਵਾਂਗੇ ਗੱਲਬਾਤ। ਚੰਗੇ ਰਿਕਾਰਡ ਵਾਲੀ ਚੰਗੀ ਮੱਝ ਆਪਾਂ ਅੱਜ ਲੈ ਕੇ ਆਏ ਹਾਂ, ਸੂਈ ਸਵਾਈ ਸਵੇਰੇ ਹੀ ਸੂਈ ਆ, ਅਤੇ ਗੱਲਬਾਤ ਕਰਾਵਾਂ ਮਗਰ ਕੱਟੀ ਆ ਕਿ ਚੰਗੇ ਦੁੱਧ ਵਾਲੀ ਆ ਵੀਰੇ। ਧਾਰਾਂ ਧੁਰਾਂ ਤੁਹਾਨੂੰ ਮਾਰ ਕੇ ਦਿਖਾਵਾਂ, ਰੇਟ ਵੀਡੀਓ ਦੇ ਵਿੱਚ ਹੀ ਹੋਊਗਾ, ਐਂਡ ਤਾਂ ਬਣੇ ਰਹੋ। ਸਤਿ ਸ਼੍ਰੀ ਅਕਾਲ ਵੀਰੇ ਰਾਜ, ਹੋਰ ਸੁਣਾ ਰਾਜ ਕਿਵੇਂ? ਇੱਧਰ ਨੂੰ ਹੋ ਜਾ ਮਾੜਾ ਵਧੀਆ। ਅਤੇ ਨਾਮ ਐਡਰੈਸ ਬੋਲੀ ਵੀਰੇ। ਨਾਮ ਵੀਰੇ ਰਾਜ ਆ, ਪਿੰਡ ਸਹਿਣਾ, ਜ਼ਿਲ੍ਹਾ ਬਰਨਾਲਾ, ਨੇੜੇ ਭਦੌੜ ਦੇ ਪੱਕੋ ਪੰਚਾਂ। ਨੰਬਰ 9863-4700-16। ਠੀਕ ਆ, 4700-16। ਓਕੇ ਵੀਰੇ, ਜਿਹੜੀ ਆਪਾਂ ਮੱਝ ਦੇਖ ਰਹੇ ਹਾਂ ਆਪਣੀ ਸਕਰੀਨ ਤੇ, ਹਾਂ ਇਹ ਤੀਜਾ ਸੂਆ ਸੂਈ ਹੈ ਵੀਰੇ। ਹਾਂਜੀ, ਤੇ ਇਹ ਤਕਰੀਬਨ 1:30 ਵਜੇ ਰਾਤ ਸੂਈ ਆ। ਜੇਰ ਜੂਰ ਕੰਪਲੀਟ ਆ, ਜੇਰ ਜੂਰ ਜਮਾ ਓਕੇ ਆ, ਡਨ ਆ, ਮਾਂਗਰ ਕੱਟੀ ਆ ਪੂਰੀ ਨਸਲ ਦੀ। ਕਿਹੜੀ 29 ਦਾ ਠੀਕ ਆ, ਢਿੱਲਵਾਂ ਦੀ ਮੈਂ ਆ। ਠੀਕ ਆ, ਥੋੜੀ ਜੀ ਆ ਗਈ ਹੈ ਨਾ, ਗ੍ਰੇਡਰ ਚ ਆ ਗਈ ਥੋੜੀ ਜੀ ਮੱਝ, ਨੀਲੀ ਰਾਵੀ ਤਾਂ ਨਹੀਂ ਆਪਾਂ ਇਹਨੂੰ ਕਹਿ ਸਕਦੇ, ਬੱਲੀਆਂ ਚ ਆ ਗਈ। ਤੇ ਦੁੱਧ ਦਾ ਕੀ ਰਿਕਾਰਡ ਹੈ ਰਾਜ? ਪਹਿਲੀ ਵਾਰ 14 ਕਿਲੋ ਵੇਚਦਾ ਪਹਿਲਾਂ। ਵਧੀਆ ਗੱਲ ਕਰੀ ਆ, ਦੇ ਵੀ ਦੁੱਧ 14 ਕਿਲੋ ਨੈਟ ਦਿੰਦੀ ਆ। ਕਦ ਕਾਠ ਵਾਲੀ ਝੋਟੀ ਹੈਗੀ ਤੇ ਸੂਆ ਮੋੜਾ ਮੰਨਿਆ ਵਾ ਪਿੰਡ ਆ ਆਪਣੇ। ਸੂਆ ਕਿਹੜਾ ਆ ਗਿਆ ਇਤਕੀ? ਸੂਆ ਇਤਕੀ ਦੀ ਜਾ ਵੀਰੇ। ਠੀਕ ਆ, ਦੂਜੇ ਸੂਏ ਨੇ ਚੰਗਾ ਦੁੱਧ ਦਿੱਤਾ ਵਾ? ਚੰਗਾ ਚੰਗਾ, 14 ਕਿਲੋ ਦੁੱਧ ਦਿੱਤਾ। ਠੀਕ ਆ, ਦੇਖੋ ਵੀਰੇ ਤੁਹਾਨੂੰ ਮੈਂ ਨੇੜ ਤੋਂ ਦੀ ਕੱਟੀ ਕਰਾ ਦਿਆਂ ਚੈੱਕ, ਤੇ ਥਾਣ ਲੈਵਾ ਕਰੋ ਨੇੜ ਤੋਂ ਚੈੱਕ, ਕਿਆ ਬਾਤ ਆ, ਖੋਲ ਲੈਣ ਤੋੜ ਕੇ ਦਿਖਾ ਦਈਏ। ਤੋੜ ਕੇ ਦਿਖਾ ਦੇ ਰਾਜੂ, ਬਹੁਤ ਚੰਗੀ ਮੱਝ ਹੈਗੀ ਤੇ ਮੈਂ ਜੇ ਛੋਟੀ ਹੁੰਦੀ ਤੁਹਾਨੂੰ ਦੱਸ ਦੇਣੀ ਸੀਗੀ, ਚੰਗੇ ਰਿਕਾਰਡ ਵਾਲੀ ਹੈ ਤੇ ਚੰਗੇ ਵੱਡੇ ਕਦ ਕਾਠ ਦੀ ਹੈਗੀ, ਤੇ ਮਗਰ ਵੀ 2 ਨਾਗ ਤੁਸੀਂ ਲਿਜਾ ਰਹੇ ਆ, ਮਗਰ ਵੀ 29 ਦੀ ਕੱਟੀ ਆ, 22 ਦਾ ਕਹਿਣਾ ਹੈਗਾ। ਫਸੀ ਫਿਰਦੀ ਆ, ਠੋਸ ਲੇਵਾ ਤੇ 1 ਨੰਬਰ ਆ, ਐਂਦਾ ਚੱਲ ਆ ਦੇਖੋ ਜੀ। ਤੇ ਬਾਕੀ ਦੀ ਗੱਲ ਦੁੱਧ ਬਾਕੀ ਕੱਢ ਦੇਣਾ, ਕੋਈ ਕਹਿਣ ਦੀ ਗੱਲ ਨਹੀਂ ਕਿ ਵੱਡੇ ਕਦ ਕਾਠਦੀ ਹੈਗੀ ਮੱਝ, ਤੇ ਲੇਵਾ ਦਿਖਾ ਦਈਏ ਤੁਹਾਨੂੰ ਇੱਕ ਵਾਰੀ ਨੇੜ ਤੋਂ, ਆਹ ਦੇਖੋ ਜੀ ਕਿਆ ਬਾਤ ਆ, ਥਣ ਲੇਵਾ ਤੇ ਚੰਗੇ ਥਣ ਲੇਵੇ, ਤੇ ਮੂਹਰ ਤੋਂ ਵੀ ਤੁਹਾਨੂੰ ਮੈਂ ਥਣ ਕਰਾ ਦਿਆਂ ਚੈੱਕ, ਆਹ ਦੇਖੋ ਜੀ। ਤੇ ਬਾਈ ਨੂੰ ਧੱਕੀ ਫਿਰਦੀ ਆ, ਚੰਗੀ ਝੋਟੀ ਹੈਗੀ, ਜਾਨ ਜੂਨ ਬਹੁਤ ਆ ਗਈ, ਧਾਰਾਂ ਤੁਹਾਨੂੰ ਕਰਾਉਣੇ ਆ ਚੈੱਕ, ਬੰਨੀ ਵੀਰੇ ਲਾਈ ਕਰਾਂ ਬੱਚਾ ਇਹਦੇ। ਐਤਕੀ 15 ਕਿਲੋ ਮੰਨ ਕੇ ਲੈ ਗਏ। ਅੱਛਾ, 15 ਕਿਲੋ, 5 ਕਿਲੋ ਬੋਲੀ ਗੱਡੀ ਵੀ ਆ, ਤੇ ਲੇਵਾ ਹਜੇ ਉਵੇਂ ਪਿਆ, ਉਵੇਂ ਪਿਆ, 10 ਤੋਂ ਮਾਸ ਨਹੀਂ ਹੋਈ ਬਾਈ, ਗਾਣੋਂ ਵੀ ਬੋਲੀ ਆ ਚੁਆਈ ਤਾਂ। ਠੀਕ ਆ ਬਈ, ਠੀਕ ਆ, ਆ ਲਾ ਦੇ ਰਾਜੂ ਬੱਚਾ, ਲਾਓ ਵੀਰੇ ਬੱਚਾ ਇਹਦੇ, ਤੇ ਧਾਰਾਂ ਧੂਰਾਂ ਮਾਰੀਏ, ਚੰਗੀ ਝੋਟੀ ਆ, ਤੇ ਪਿੱਠ ਪੁੜਾ ਵੀ ਐਂ ਪਿਆ ਤਾਂ ਤੂੰ 1 ਨੰਬਰ, ਜਿਵੇਂ ਆਪਾਂ ਝੋਟਿਆਂ ਵਰਗੀ ਕਹਿ ਸਕਦੇ ਹਾਂ, ਐਂ ਨਹੀਂ ਗੱਲ ਹੈਗੀ ਵੀ ਕਿਸੇ ਕੁਆਲਿਟੀ ਦੀ ਆ, ਪੂਰੀ ਸਿਰੇ ਦੀ, ਪੂਰੀ ਕੁਆਲਿਟੀ ਦੀ, ਦੁੱਧ ਬਾਕੇ ਦੇ ਦੂੰ। ਬਾਕੀ ਦੀ ਗੱਲ ਵੀਰੇ, ਰਾਜ ਨਾਲ ਆਪਣਾ ਪੁਰਾਣਾ ਹੀ ਬਾਗ ਆ, ਤੇ ਚੰਗੇ ਦੁੱਧ ਵਾਲੇ ਪਸ਼ੂ ਹੁੰਦੇ ਆ ਕੋਈ 7-8-10, ਤੇ ਬਾਈ ਕੋਲੇ ਚੰਗੇ ਪਸ਼ੂ ਖੜੇ ਆ ਬਹੁਤ, ਹੋਰ ਵੀ 5-7 ਨਾਗ ਸੂਣ ਵਾਲੇ ਗੱਭਣ, ਕੋਈ ਵੀ ਸੰਪਰਕ ਤੁਸੀਂ ਬਾਈ ਦਾ ਨੰਬਰ ਆਪਾਂ ਲੈ ਕੇ ਦਿੱਤਾ ਹਨਾ, ਰਾਜ ਕਰ ਸਕਦੇ ਆ, ਹਰ ਵਕਤ 5-7 ਪਸ਼ੂ ਮਿਲਦੇ ਰਹਿੰਦੇ ਹਨਾ, ਹਰ ਵਕਤ 8-10 ਮੰਗਿਆ ਹਰ ਵਕਤ ਆਉਂਦਾ। ਆਹ ਦੇਖੋ ਵੀਰੋ, ਆਪਾਂ ਬੱਚਾ ਲਾਤਾ, ਤੇ ਵੀਰੋ ਬੱਚਾ ਆਪਾਂ ਲਾਤਾ ਗਾ, ਤੇ ਥਣ ਦੇਖੋ ਤੁਸੀਂ ਕਿਆ ਵਾ, ਤਾਂ ਕੱਲਾ ਕੱਲਾ ਨਿਖੜਵਾ ਗੈਪ ਦੇ ਥਣ ਲੱਗੇ ਵਿਆਹ ਦੇਖੋ ਜੀ, ਪੋਲੀ ਗੰਨੇ ਵਰਗੀ, ਬੱਚਾ ਵੀ ਚੋ ਕੇ ਉੱਠ ਸਕਦਾ ਤੇ ਬਜ਼ੁਰਗ ਵੀ ਚੋ ਕੇ ਉੱਠ ਸਕਦਾ, ਤੇ ਨੌਜਵਾਨ ਨੇ ਤਾਂ ਚੋਈ ਲੈਣੀ ਆ, ਕਿਉਂਕਿ ਜਿੰਦੇ ਛੋਟਾ ਜਵਾਕ ਵੀ ਚਵਾਈ ਚੱਕ ਸਕਦਾ ਇੰਨੀ ਪੂਰੀ। ਓਕੇ 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 ਓਕੇ, ਮਾਰ ਕੇ ਦਿਖਾ ਰਾਜੂ, 300 ਪੂਰੀ ਆ, ਪਹਿਲਾਂ ਮੂਹਰ ਲੈ ਕੇ ਮਾਰ ਦੇ ਫਿਰ ਮੰਗ ਲੈ, ਹਾਂ ਇੰਨਾ ਚ ਮਾਰ ਕਰ, ਮਾਰ 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 ਬਸ, ਆਹ ਦੇਖੋ ਜੀ ਧਾਰਾਂ ਦੇਖੋ, ਨਲਕੇ ਵਰਗੀਆਂ ਧਾਰਾਂ ਧੂਰਾਂ ਦੇਖੋ ਜੀ, ਦੇਖੋ ਦਿਖੀ ਜਾਂਦੀ ਵੀਰੇ, ਆਹ ਦੇਖੋ ਧਾਰ, ਬਸ ਬਸ ਵੀਰੇ ਬਸ, ਮੂਹਰੋਂ ਮਾਰ,
ਤੇ ਧਾਰਾਂ ਧੂਰਾਂ ਤੁਹਾਨੂੰ ਕਰਾਤੀਆਂ, ਚੈੱਕ ਓਕੇ ਆ ਜਾਵਾਂ, ਜੇਰ ਡੱਪਾ ਡਾਲਣਾ ਤੇ ਬਾਕੀ ਦੀ ਗੱਲ ਤੁਸੀਂ ਹੁਣ ਤਾਂ ਦੁੱਧ ਹੀ ਚੋਣਾ ਗਾ ਤੇ ਆਹ ਦੇਖੋ ਜੀ, ਤੇ ਬਾਕੀ ਦੀ ਗੱਲ ਰਾਜ ਨੰਬਰ ਫੇਰ ਬੋਲਦੇ ਆ ਜਾ, ਨੰਬਰ ਵੀਰੇ 98763 ਮਾਨਦਾਨ ਹੋ ਜੂ ਤੇ ਬਾਕੀ ਦਾ ਸਾਰੇ ਵੀਰਾਂ ਦਾ ਇੰਟਰਨੈਟ ਵੀਡੀਓ ਦੇਖਣ ਲਈ ਤਹਿ ਦਿਲੋਂ ਧੰਨਵਾਦ, ਜਲਦ ਮਿਲਦੇ ਹਾਂ ਕਿ ਨਵੀਂ ਵੀਡੀਓ ਦੇ ਨਾਲ।